सो हैलो एवरीवन। सो जिवें सानू पता ही है कि कोरोना दे दौरान जिहड़ा एग्जाम्स दे रिलेटेड का बहुत ज़्यादा इशूज़ ने कि ऑनलाइन होणगे जां ऑफलाइन होणगे। इस दे रिलेटेड जो GNDU अमृतसर ने एक नोटिस जारी किया आ, तुसीं डेट चैक कर सकते हो इहदी कि दैट इज़ 14 तरीक पहला महीना 2022, यानी कि 14 नूं जिहड़ा ये नोटिस जारी किया होया आ। उहदे विच क्लीयरली जिहड़ा लिखिया होया है कि कीपिंग इन व्यू द करंट COVID-19 सिचुएशन पंजाब एंड रिस्ट्रिक्शंस इम्पोज बाय द गवर्नमेंट ऑफ पंजाब, वाइड इट इज़ लैटर नंबर दिता है, डेट दिती है 1/1/2022, इट इज़ डिफिकल्ट टू कंडक्ट ऑल सेमेस्टर एग्जामीनेशन इन ऑफलाइन मोड। सो इतने उन्होंने कहा है कि जो ऑल सेमेस्टर के हूँ एग्जाम्स होने वाले ने, चाहे जो भी क्लास है ਉਹਦੇ ਰਿਲੇਟਡ ਜਿਹੜਾ ਆ ਆਫਲਾਈਨ ਇਗਜ਼ਾਮ ਕਰਨੇ ਜਿਹੜੇ ਬੜੇ ਹੀ ਔਖੇ ਆ ਜਾਂ ਮੁਸ਼ਕਿਲ ਹੈ ਹੋਣੇ। ਦੇਅਰਫੋਰ ਇਟ ਹੈਜ਼ ਬੀਨ ਡਿਸਾਈਡਡ ਬਾਈ ਦਾ ਯੂਨੀਵਰਸਿਟੀ ਟੂ ਕੰਡਕਟ ਦਾ ਔਨ ਔਡ ਸਮੈਸਟਰ ਥਿਊਰੀ ਐਂਡ ਪ੍ਰੈਕਟੀਕਲ ਇਗਜ਼ਾਮੀਨੇਸ਼ਨਸ ਸੈਸ਼ਨ 2021-22, 2021 ਅਤੇ 22 ਦਾ ਜੋ ਸੈਸ਼ਨ ਆ, ਫਾਲ ਕੋਰਸਿਸ ਬੀਂਗ ਰਨ ਅੰਡਰ ਦੀ ਕ੍ਰੈਡਿਟ ਬੇਸਡ ਇਵੈਲੂਏਸ਼ਨ ਐਂਡ ਗ੍ਰੇਡਿੰਗ ਸਿਸਟਮ ਇਜ਼ ਔਨਲਾਈਨ ਮੋਡ। ਸੋ ਇੱਥੇ ਇਹਨਾਂ ਨੇ ਕਲੀਅਰਲੀ ਜਿਹੜਾ ਆ ਕਹਿ ਦਿੱਤਾ ਆ ਕਿ ਜੋ ਤੁਹਾਡੇ ਇਗਜ਼ਾਮੀਨੇਸ਼ਨਸ ਹੋਣੇ ਨੇ, ਜੋ 2021-22 ਵਾਲਾ ਸੈਸ਼ਨ ਚੱਲਦਾ ਪਿਆ ਆ, ਉਹ ਔਨਲਾਈਨ ਹੀ ਕੀਤੇ ਜਾਣਗੇ। ਸੋ ਇੱਥੇ ਤੁਸੀਂ ਦੇਖ ਸਕਦੇ ਹੋ, ਕਾਪੀ ਟੂ ਡੀਨ ਕੋਲੇਜਸ ਡਿਵੈਲਪਮੈਂਟ ਕੌਂਸਲ ਡਾਇਰੈਕਟਰ ਓਪਨ ਡਿਸਟੈਂਸ ਲਰਨਿੰਗ ਡਿਪਾਰਟਮੈਂਟ GNDU OSDs ਐਂਡ ਆਲ ਪ੍ਰਿੰਸੀਪਲ ਐਫੀਲੇਟਡ ਕੋਲੇਜਸ। ਸੋ 14 ਤਰੀਕ ਦੀ ਇਹ ਜਿਹੜੀ ਨੋਟਿਸ ਸੀਗਾ, ਜਿਹਦੇ ਵਿੱਚ ਕਲੀਅਰਲੀ ਦੱਸ ਦਿੱਤਾ ਹੈ ਕਿ ਹੁਣ ਇਗਜ਼ਾਮਸ ਜੋ ਨੇ ਉਹ ਔਨਲਾਈਨ ਮੋਡ ਵਿੱਚ ਹੀ ਹੋਣਗੇ। ਸੋ ਥੈਂਕ ਯੂ ਜੀ।